ਇਹ ਮੁੰਡੇ ਵਾਪਸ ਜਾ ਰਹੇ ਸੀ, ਮੈਂ ਇਹਨਾਂ ਨੂੰ ਕਿਹਾ ਫੇਸਬੁੱਕ ਇੱਧਰ ਆ ਜਾਓ। ਹੈਂ, ਕੀ ਨਾਂ ਸੀ ਇਹਦਾ? ਉਮਰ। ਇਹਨੂੰ ਮੈਂ ਬਰਾਹ 'ਚ ਮੋੜ ਕੇ ਲਿਆਂਦਾ, ਹੁਣ ਤੁਸੀਂ ਉੱਧਰ ਕੀ ਵੇਂਦੇ? ਇੱਧਰ ਵੇਖ ਟੋਪੀ, ਮੈਂ ਇੱਧਰ ਵੇਖ। ਮੈਂ ਅੱਜ ਆਉਂਦਿਆਂ ਹੀ ਰੋਟੀ ਖਾਧੀ ਹੈ, ਮੈਂ ਬਾਅਦ 'ਚ ਪਹਿਲੇ ਲੋਕ ਅੱਖਾਂ ਬਦਲ ਜਾਂਦੇ ਨੇ, ਪਹਿਲੇ ਖਾ ਲਓ। ਅਸੀਂ ਜਦੋਂ ਮਰਜ਼ੀ ਲੱਗ ਪਏ ਨੇ, ਮੌਲਵੀ ਜੀ ਹਿਸਾਬ ਲਾਓ, ਸਾਡੀ ਪੂਰੀ ਨਹੀਂ ਪੈਂਦੀ। ਮੌਲਵੀਆਂ ਦਾ 2100 ਮੈਨੂੰ ਦੇ, ਮੈਂ ਹਿਸਾਬ ਲਾਉਂਦਾ। ਕਿਉਂ ਜੀ? ਮੈਨੂੰ ਇੱਕ ਬੰਦਾ ਆਉਂਦਾ, ਮੌਲਵੀ ਜੀ ਮੇਰਾ ਟਰੈਕਟਰ ਚੋਰੀ ਹੋ ਗਿਆ। ਮੈਂ ਫਿਰ ਇਹ ਮੈਂ ਇੱਕ ਤਵੀਤ ਵਾਲੇ ਕੋਲ ਗਿਆ, ਉਹਦਾ 50,000 ਮੈਨੂੰ ਦੇ, ਤੇਰਾ ਲੱਭ ਜੂ। ਮੈਂ ਕਿੰਨੇ ਉਹਦਾ ਟਰੈਕਟਰ ਹੈ? 6-7 ਲੱਖ ਦਾ। ਮੈਂ ਉਹਨੂੰ ਕਿਹਾ ਤੂੰ ਲੱਖ ਭਾਈ ਪਹਿਲੋਂ ਕੱਟ ਲਾ, ਬਾਕੀ ਮੈਨੂੰ ਫੜਾ, ਟਰੈਕਟਰ ਤੈਨੂੰ ਪਤਾ ਕਿੱਥੇ ਹੈ। ਐਵੇਂ ਲੋਕਾਂ ਫਰਾਡੀਆਂ ਬਣਾਈਆਂ, ਜਿਹਨੂੰ ਮਰਜ਼ੀ ਲੁੱਟ ਲਿਆ, ਜਿਹਨੂੰ ਮਰਜ਼ੀ। ਕਈ ਆਉਂਦੇ ਨੇ ਮੈਨੂੰ ਬਟਵੇ ਮੇਰੀ ਤਵੀਤ ਰੱਖ ਦਿਓ। ਮੈਂ ਖੈਰ ਇਹ ਗੱਲੇ 'ਚ ਰੱਖੀ ਹੈ ਨਾ, ਅਤੇ ਬਰਕਤ ਬੜੀ ਪੈਂਦੀ, ਅਤੇ ਮੈਂ ਉਹ ਤਵੀਤ ਮੈਂ ਆਪਣੇ ਬਟਵੇ 'ਚ ਨਹੀਂ ਰੱਖ ਸਕਦਾ। ਮੈਂ ਐਵੇਂ ਸਾਹਿਬ ਰਮਾਨ ਸਾਹਿਬ ਨੂੰ ਆਉਣਾ, ਉਰਾ ਫੜਾ ਪਿਆ ਹੈ, ਮੈਂ ਲਾਹੌਰ ਜਾਣਾ। ਕਿਉਂ ਜੀ? ਉਹ ਇਹ ਸਭ ਲੋਕਾਂ ਠੱਗਣਬਾਜ਼ੀ ਬਣਾਈ ਹੈ। ਆ ਬੀਬੀਆਂ ਵਿਚਾਰੀਆਂ, ਉਹ ਆਉਂਦਾ ਉੱਲੂ ਦੇ ਖੂਨ ਨਾਲ ਤਵੀਤ ਲਿਖਣਾ। ਇਹ ਬੀਬੀ ਆਉਂਦੀ, ਵੀਰ ਮੈਂ ਤਾਂ ਲੈਟਰੀਨ 'ਚ ਲਾਲ ਬੇਗ ਤੋਂ ਡਰ ਜਾਂਦੀ, ਕੁੜ ਗਿੱਲੀ ਤੋਂ ਡਰ ਜਾਂਦੀ, ਅਤੇ ਉੱਲੂ ਕੌਣ ਲੈਣ ਜਾਊ? ਉਹਨੇ ਮੈਂ ਉੱਲੂ ਜੂ ਹੈਗਾ, ਮੈਂ ਉੱਲੂ ਲੈ ਆਵਾਂਗਾ, ਪੈਸੇ ਫੜਾ ਹੋਣਾ ਜੀ। ਉਹ ਉੱਲੂ ਪੈਸੇ ਲੈ ਕੇ ਨਾ, ਅਤੇ ਆਪਣਾ ਉੱਲੂ ਸਿੱਧਾ ਕਰਦਾ ਚੱਲਿਆ। ਨਾ ਇੰਜ ਕਰਿਆ ਕਰੋ ਭੈਣੋ, ਤਵੀਤਾਂ ਲਿਆ ਕੋਲ ਨਾ ਮਰੋ, ਨਾ ਜਾਓ ਤਵੀਤਾਂ ਵਾਲਿਆਂ ਕੋਲ। ਜੇ ਪੈਸੇ ਬਹੁਤੇ ਜਿਹਾ ਮਦਨੀ ਆਇਆ, ਉੱਤੋਂ ਸੁੱਟ ਦੇਵੋ। ਮੈਂ ਲੈ ਜਾ ਆਟਾ ਨਾ, ਜਿਹੜਾ ਪੱਥਰ ਦੀ ਚੱਕੀਆਂ ਦੇ ਵਿੱਚੋਂ ਪੀਸ ਕੇ ਆਵੇ ਨਾ, ਉਹ ਪੁਰਾਣੀਆਂ ਪੁੜਾਂ ਲਈ ਆਉਂਦੀਆਂ ਸੀ ਨਾ ਚੱਕੀਆਂ, ਅਤੇ ਉਹ ਜਿਹੜੀ ਬੇਗਮ ਇੰਜ ਜਨਾਬੇ ਵਾਲਾ ਦਾਣੇ ਪਾਈ ਆਉਂਦੀ ਸੀ, ਬੰਦੇ ਇੰਜ ਘੁਮਾਈ ਆਉਂਦੇ ਸੀ, ਨਾਲੇ ਦੋਵੇਂ ਜੀ ਗੱਲਾਂ ਬਾਤਾਂ ਕਰਦੇ ਸੀ। ਹੁਣ ਉੱਧਰ ਫੇਸਬੁੱਕ ਚੱਲ ਰਹੀ ਹੁੰਦੀ, ਇੱਧਰ ਚੱਲ ਰਹੀ ਹੁੰਦੀ, ਬਾਲ ਦੁੱਧ ਵਾਲੀ ਹਾਂਡੀ ਝੱਤ ਪਾਉਂਦਾ, ਆ ਮੈਂ ਮਰ ਗਈ ਭਾਜੀ। ਸੱਚੀ ਗੱਲ, ਉਦੋਂ ਤਾਂ ਅੱਲਾ ਜਾਣਦਾ ਹੈ, ਮਾਵਾਂ ਗੋਡੇ 'ਤੇ ਬੱਚਾ ਪਾ ਕੇ ਅਤੇ ਚੱਕੀ 'ਤੇ ਆਟਾ ਪੀ ਲੈਂਦੀਆਂ ਸੀ, ਤੰਦੂਰ 'ਤੇ ਰੋਟੀਆਂ ਲਾ ਲੈਂਦੀਆਂ ਸੀ। ਹਾਂ, ਅਤੇ ਹੁਣ ਕਰਦਾਰ ਹੋਰ ਹੋ ਗਿਆ। ਹੁਣ ਤਾਂ ਭਾਈ ਅੱਲਾ ਮਾਫ ਕਰੇ, ਤੰਦ ਜਲਾਏ ਕੋਲ ਤਾਣੀ ਟੁੱਟਦੀ ਸੀ ਨਾ, ਉਹ ਇੱਕ ਤੰਦ ਤੋੜ ਜੋੜ ਲੈਂਦਾ ਸੀ, ਦੋ ਜੋੜ ਲੈਂਦਾ ਸੀ, ਤਿੰਨ, ਜਿੱਥੇ ਸਾਰੀ ਤਾਣੀ ਟੁੱਟ ਜਾਏ। ਬੋਲੋ, ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਕਿਹੜਾ, ਜਿੱਥੇ ਸਾਰੇ ਸਮਝਾਉਣ ਵਾਲੇ ਨਾਲ ਕਮਲੇ ਹੋਏ। ਕਰੀ ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਭਾਈਓ, ਪੁੱਤਰ ਗੋਡੇ ਛੱਡੇਗਾ, ਦੋ ਮੇਰੇ ਕੋਲ ਹੈਗੇ ਨੇ, ਜੇ ਗਵਾਚ ਗਏ ਤਾਂ ਮੈਂ ਦੇ ਦੇਵਾਂਗਾ। ਸਿਰਫ ਵਡੇਰੇ ਬੰਦੇ ਫੜ ਸਕਦਾ ਹੈ, ਤੂੰ ਫੜ ਲੈ, ਤਾਂ ਇਹ ਵਡੇਰੇ ਬੰਦੇ ਫੜ ਸਕਦੇ। ਵਡੇਰਾ ਬੰਦਾ ਕੁਰਸੀ 'ਤੇ ਵੀ ਬਹਿ ਸਕਦਾ ਹੈ, ਵਡੇਰਾ ਬੰਦਾ ਗੋਡੇ ਫੜ ਕੇ ਵੀ ਬਹਿ ਸਕਦਾ ਹੈ, ਵਡੇਰਾ ਬੰਦਾ ਜਨਾਬ ਆਲਾ ਟੇਕ ਲਾ ਕੇ ਵੀ ਬਹਿ ਸਕਦਾ ਹੈ। ਪਰ ਸਿਆਣੇ ਜਿਹੜੇ ਮੁੰਡੇ ਨੇ, ਜਿਨ੍ਹਾਂ ਨੇ ਸਾਰੀ ਸਾਰੀ ਰਾਤ, ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਜਾਣ ਛੁੱਟਣੀ, ਇਹ ਨਹੀਂ ਬਹਿ ਸਕਦਾ। ਹਾਂ, ਮੈਂ ਸੱਚੀ ਗੱਲ, ਮੈਨੂੰ ਇੱਕ ਬੀਬੀ ਅਗਲੇ ਦਿਨ ਕਹਿੰਦੀ, ਮਦਨੀ ਸਾਹਿਬ ਆਹ ਮੇਰੇ ਮੁੰਡੇ ਨੂੰ ਦਮ ਕਰ ਦਿਉ। ਮੈਂ ਖੈਰ ਇਹ ਸੁੱਕਦਾ ਹੀ ਜਾਂਦਾ। ਮੈਂ ਕਿਹਾ ਇਹਨੂੰ ਮੋਬਾਇਲ ਲੈ ਦਿੱਤਾ? ਇਹ ਆਹੋ ਮੈਂ ਓਪੋ ਦਾ ਮੋਬਾਇਲ ਲੈ ਦਿੱਤਾ। ਅਤੇ ਮੈਂ ਠੀਕ ਹੈ ਫਿਰ, ਮੈਂ ਕਿਹਾ ਹੋਰ ਇਹ ਜ਼ਮ ਜ਼ਮ ਪੀ ਕੇ ਸੌਂਦਾ, ਵੀ ਇਹਨੇ ਹੁਣ ਮੋਟਾ ਹੋਣਾ, ਇਹਨੇ ਸੁੱਕਣਾ ਦਿਨੋਂ ਦਿਨ। ਮੈਂ ਕਿਹਾ ਤੂੰ ਇਹਨੂੰ ਮੋਬਾਇਲ ਲੈ ਦਿੱਤਾ ਹੈ ਨਾ, ਇਹ ਨਹੀਂ ਹੁਣ ਵਾਧੇ ਪੈਂਦਾ, ਇਹ ਜਿੱਥੇ ਕੋਈ ਕੱਦ ਹੈਗਾ ਇੱਥੇ ਹੀ ਰੁਕ ਜਾਣਾ। ਇਸ ਮੋਬਾਇਲ ਨੇ ਤਾਂ ਬੜਿਆਂ ਦੇ ਖਾਣੇ ਖਰਾਬ ਕਰ ਦਿੱਤੇ। ਕਸਮੇ, ਤੁਸੀਂ ਵੇਖ ਲਓ, ਜਿੰਨਾ ਜਿੰਨਾ ਬੱਚਿਆਂ ਕੋਲ ਮੈਂ ਕੱਸੋਵਾਲ ਤਕਰੀਰ ਕਰਨ ਗਿਆ, ਉੱਥੇ ਇਹ ਮੁੰਡੇ ਨਾ ਮੇਰੀ ਗੱਡੀ ਦੇ ਦੁਆਲੇ ਹੱਸਣ ਲੱਗ ਪਏ। ਮੈਂ ਕਿਹਾ ਵੀ ਮੈਂ ਉਤਰਿਆ, ਤੁਸੀਂ ਹੱਸੇ ਕਿਉਂ? ਕਹਿੰਦੇ ਮੌਲੀ ਸਾਹਿਬ 3 ਦਿਨ ਪਹਿਲਾਂ ਤੁਹਾਡੀਆਂ ਗੱਲਾਂ ਪਿੰਡ 'ਚ ਹੋ ਰਹੀਆਂ ਸੀ। ਮੈਂ ਕਾਹਦੀਆਂ? ਕਹਿੰਦਾ ਤੁਹਾਨੂੰ ਆਉਂਦੇ ਸੀ ਮਦਨੀ ਸਾਹਿਬ, ਸੱਚੇ ਕਲੱਪ ਦੇ ਸਾਰੇ ਪਿੰਡ ਦੇ ਮੁੰਡੇ ਫੇਲ ਹੋ ਗਏ ਨੇ, ਸਾਰੇ ਪਿੰਡ ਦੇ ਮੁੰਡੇ ਫੇਲ। ਮੈਂ ਕਿਹਾ ਕਿਉਂ? ਇਹ ਸਾਰੀ ਰਾਤ ਮੋਬਾਈਲ 'ਤੇ ਟਿਚ 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 ਉਂਗਲ ਚਲਾਉਂਦੇ ਰਹਿੰਦੇ। ਚੱਲਿਆ, ਜਿੰਨੀ ਉਂਗਲ ਤੂੰ ਟੱਚ ਮੋਬਾਈਲ 'ਤੇ ਚਲਾਉਂਦਾ ਨਾ, ਅਤੇ ਬੀਬੀਆਂ ਜਿੰਨੀਆਂ ਆਪਣੀ ਸੱਸ ਦੀਆਂ ਚੁਗਲੀਆਂ ਅਤੇ ਨਹੁੰਆਂ ਦੀਆਂ ਕਰਦੀਆਂ, ਇੰਨੀ ਜ਼ਬਾਨ ਕਿਤੇ ਅੱਲਾ ਅੱਲਾ 'ਤੇ ਚਲਾ ਲੈਣ ਅਤੇ ਵਲੀ ਹੋ ਜਾਂਦਾ ਤੇ ਸਰ। ਅਤੇ ਆਹ ਮੁੰਡੇ ਜਿਹੜੇ ਨਾ, ਕਸਮੇ, ਇੰਨੀ ਉਂਗਲ ਕਿਤੇ ਕੁਰਾਨ ਦੀਆਂ 17 'ਤੇ ਚਲਾ ਲੈਣ ਨਾ, ਤੁਸੀਂ ਚੱਲਦੇ ਫਿਰਦੇ ਵਲੀ ਬਣ ਜਾਓ। ਪਰ ਕਿਉਂ, ਕੌਣ ਚਲਾਏ? ਉਹ ਟੱਚ ਘੱਸ ਜਾਂਦਾ, ਉਹ ਆਉਂਦਾ ਯਾਰ ਲਾਈਆ, ਇਹਨੂੰ ਚੁੱਕ ਲਾਈਆ, ਮੈਨੂੰ ਚੁੱਕ ਲਾਈਆ। ਕਸਮੇ, ਕਈਆਂ ਦੇ ਟੱਚ ਘੱਸ ਗਏ। ਸੱਚੀ ਗੱਲ, ਅੱਜ ਵਾਅਦਾ ਕਰੋ ਪੁੱਤਰੋ, ਸਵੇਰੇ ਉੱਠ ਕੇ ਉਂਗਲ ਰੱਖ ਕੇ ਕੁਰਾਨ ਪੜ੍ਹਾਂ ਕਰਾਂਗੇ, ਉਂਗਲ ਰੱਖ ਕੇ। ਕਿਆਮਤ ਨੂੰ ਇਹ ਉਂਗਲ ਗਵਾਹੀ ਦੇਗੀ ਕਿ ਮਾਲਕ, ਇਹਨੇ ਤੇਰੀ ਕਲਾਮ ਨੂੰ ਪੜ੍ਹਿਆ ਸੀ। ਇਹ ਜ਼ਬਾਨ ਬੰਦ ਹੋਏਗੀ ਅਤੇ ਉਂਗਲ ਰੱਖ ਕੇ ਪੜ੍ਹਿਆ ਕਰ। ਪਹਿਲੇ ਵਡੇਰੇ ਬੰਦੇ ਹੁੰਦੇ ਸੀ ਨਾ, ਜਿਨ੍ਹਾਂ ਨੂੰ ਕੁਰਾਨ ਨਹੀਂ ਸੀ ਨਾ ਆਉਂਦਾ, ਅਤੇ ਉਹ ਇੰਝ ਕੁਰਾਨ ਖੋਲ੍ਹ ਕੇ ਨਾ, ਅਤੇ ਉਹਨਾਂ ਆਖਣਾ ਇੱਧਰ ਦੇਖੋ,
ਆਵੀ ਤੂੰ ਸੱਚ ਕਿਹਾ, ਆਵੀ ਤੂੰ ਸੱਚ ਕਿਹਾ, ਆਵੀ ਤੂੰ ਸੱਚ ਕਿਹਾ, ਆਵੀ ਤੂੰ ਸੱਚ ਕਿਹਾ, ਆਵੀ ਸੱਚ ਕਿਹਾ, ਆਵੀ ਸੱਚ ਕਿਹਾ, ਆਵੀ ਸੱਚ ਕਿਹਾ। ਕਿਸੇ ਨੇ ਲਾ ਕੇ ਪੁੱਛਿਆ ਵੀ ਬਾਬਾ ਇਹ ਕੀ ਪੜ੍ਹਨਾ, ਆਂਦਾ ਮੈਂ ਉਂਗਲ ਫੇਰ ਕੇ ਉਹਨੂੰ ਆਉਂਦਾ, ਆ ਜੋ ਤੂੰ ਕਿਹਾ ਤੂੰ ਸੱਚ ਹੀ ਕਿਹਾ, ਮੈਂ ਇਹਦੀ ਗਵਾਹੀ ਪਾ ਦਿੱਤੀ ਹੈ ਅਤੇ ਕੁਰਾਨ 'ਤੇ ਆਈ ਸੱਚ। ਸਿਰਫ ਉਹਨੂੰ ਆਉਂਦਾ ਨਹੀਂ ਸੀ ਨਾ ਕਰ ਸਕ, ਅਤੇ ਉਹਨੇ ਗਵਾਹੀ ਪਾ ਦਿੱਤੀ, ਉਂਗਲ ਫੇਰੀ ਜਾਏ ਅਤੇ ਕਵੇ ਜੋ ਤੂੰ ਕਿਹਾ ਸੱਚ ਕਿਹਾ। ਅਤੇ ਸਾਡੇ ਜਿਹੜੇ ਨੇ ਮੇਰੇ ਵੀਰੋ ਮਾਂ ਪਿਓ ਨੂੰ ਆਉਂਦੇ ਨੇ, ਤੁਹਾਨੂੰ ਕੀ ਪਤਾ, ਜਿੰਨਾ ਸਮਝਾਇਆ ਉਹਨਾਂ ਨੂੰ ਆਉਂਦਾ ਤੁਹਾਨੂੰ ਕੀ ਪਤਾ। ਕਈ ਆਉਂਦੇ ਆ ਬਾ ਤੈਨੂੰ ਨਹੀਂ ਪਤਾ ਇਹ ਦੁਨੀਆ ਹੋਰ ਹੋ ਗਈ ਹੈ, ਕਹਿੰਦਾ ਪਿਛੇ